ਵੀਰਿਓ, ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਆ ਤੁਹਾਡਾ ਪ੍ਰੋਣਚਾਰ ਮੀਆਂ ਆਸਫ ਅਲੀ। ਅੱਛਾ ਬਾਜਵਾ ਸਾਹਿਬ, ਇਹ ਦੱਸੋ ਕਰਤਾਰਪੁਰ ਕੋਰੀਡੋਰ ਆ ਜਿਹੜਾ ਲਾਂਘਾ ਖੁੱਲਿਆ ਵਾ, ਇਹਦੀ ਗਲੋਬਲੀ ਕੀ ਅਹਿਮੀਅਤ ਆ ਤੇ ਨਾਲ ਹੀ ਨਾਲ ਇਹ ਦੱਸੋ ਕਿ ਕਿੰਜ ਪੰਜਾਬੀ ਡਾਇਸਪੋਰਾ ਜਿਹੜਾ ਉਹਦੇ ਲਈ ਕਿੱਦਾਂ ਇਹ ਮਾਵਨ ਸਾਬਤ ਹੋਏਗਾ, ਕਿੱਦਾਂ ਉਹਦੇ ਲਈ ਹੈਲਪਫੁਲ ਸਾਬਤ ਹੋਏਗਾ? ਇਹ ਬਹੁਤ ਜ਼ਿਆਦਾ ਹੈਲਪਫੁਲ ਸਾਬਤ ਹੋਏਗਾ, ਹੈਲਪਫੁੱਲ ਇਸ ਵਾਸਤੇ ਕਿ ਪੰਜਾਬੀਆਂ ਦੀ ਆਵਾਜਾਈ ਸਾਡੀ ਮੌਜੂਦਾ ਹਕੂਮਤ ਨੇ ਆਨਲਾਈਨ ਵੀਜ਼ਾ ਕਰ ਦਿੱਤਾ ਹੈ 17 ਮੁਲਕਾਂ ਦਾ। ਉਹਦੇ 'ਚ ਜਿਹੜੇ ਸਾਡੇ ਸਿੱਖ ਭਰਾ ਨੇ ਕੈਨੇਡਾ, ਅਮਰੀਕਾ, ਬਰਤਾਨੀਆ ਵਗੈਰਾ, ਆਸਟ੍ਰੇਲੀਆ ਵਗੈਰਾ, ਉਹਨਾਂ ਲਈ ਬਗੈਰ ਵੀਜ਼ੇ ਤੋਂ ਇੱਥੇ ਆਉਣ ਦੀ ਆਸਾਨੀ ਹੋ ਜਾਏਗੀ। ਜ਼ਾਹਰ ਹੈ ਜਦੋਂ ਵੀ ਕੋਈ ਮਸਲਾ ਪੈਦਾ ਜ਼ਿੰਦਗੀ ਦਾ ਹੁੰਦਾ ਤਾਂ ਇੱਕ ਦੂਜੇ ਤੋਂ ਬੰਦਾ ਮਿਲਣ ਤੋਂ ਡੱਕਿਆ ਜਾਂਦਾ। ਜਦੋਂ ਬੰਦੇ ਮਿਲਣ ਲੱਗ ਪੈਂਦੇ ਨੇ ਨਾ ਤਾਂ ਪੰਜਾਬੀ ਦਾ ਅਖਾਣ ਹੈ ਮੂੰਹ ਜੁੱਟਣ ਅਤੇ ਕੂੜ ਨੁਖੁੱਟਣ। ਜਦੋਂ ਬੰਦੇ ਆਪਸ 'ਚ ਮਿਲ ਕੇ ਇੱਕ ਦੂਜੇ ਦੀ ਗੱਲ ਸੁਣਨ ਲੱਗ ਪੈਂਦੇ, ਆਪਣੇ ਮਸਲਿਆਂ ਨੂੰ ਵੀ ਕੰਸੈਂਸਸ ਨਾਲ ਉਹ ਹੱਲ ਕਰਨ ਜੋਗੇ ਹੋ ਜਾਂਦੇ ਨੇ। ਮੈਂ ਸਮਝਦਾ ਇਹ ਬਹੁਤ ਵੱਡਾ ਕੰਮ ਹੋਇਆ ਇੱਕ ਦੂਜੇ ਨਾਲ ਆ ਕੇ। ਪਹਿਲਾਂ ਇੱਕ ਬੰਦੇ ਦੂਜੇ ਦੇ ਜੇ ਇੱਕ ਦੂਜੇ ਨੂੰ ਬੰਦੂਕ ਹੀ ਦੂਰੋਂ ਵਿਖਾ ਛੱਡਣੀ ਹੈ, ਪਤਾ ਨਹੀਂ ਉੱਧਰ ਸੱਯਦ ਖਲੋਤਾ ਇੱਧਰ ਕੌਣ ਖਲੋਤਾ। ਜਦੋਂ ਇੱਕ ਦੂਜੇ ਨਾਲ ਮਿਲਣਗੇ, ਗੱਲ ਕਰਨਗੇ, ਇੱਕ ਦੂਜੇ ਨਾਲ ਪਿਆਰ ਦੀ ਗੱਲ ਕਰਨਗੇ, ਮਸਲੇ ਮਸਾਇਲ ਦੱਸਣਗੇ, ਤਾਂ ਮੈਂ ਸਮਝਦਾ ਕਿ ਪੂਰੀ ਦੁਨੀਆ ਜਦੋਂ ਗੱਲ ਚੱਟੀ ਖਲੋਤੀ ਹੈ, ਉੱਧਰ ਯੂਰਪੀਨ ਮੁਲਕਾਂ 'ਚ ਅਸੀਂ ਜਾਂਦੇ ਹਾਂ, ਬਾਰਡਰਾਂ ਦਾ ਬਸ ਐਵੇਂ ਲਕੀਰ ਹੀ ਵੱਜੀ ਹੈ, ਕੋਈ ਮਸਲਾ ਨਹੀਂ, ਔਰ ਅਸੀਂ ਇੱਥੇ ਮਤਲਬ ਬਹੁਤ ਜ਼ਿਆਦਾ ਆਪਣੇ ਵਸਾਇਲ ਜਿਹੜੇ ਉਹਦੇ ਉੱਤੇ ਜ਼ਾਇਆ ਕਰ ਰਹੇ ਹਾਂ, ਮੈਂ ਸਮਝਦਾ ਜ਼ਾਇਆ ਕਰ ਰਹੇ ਹਾਂ। ਤਾਂ ਅਗਰ ਅਸੀਂ ਅੱਜ ਦਾ ਦੌਰ ਜਿਹੜਾ ਇਹਦੇ 'ਚ ਸਾਨੂੰ ਮੈਕਸੀਮਮ ਜਿਹੜੀਆਂ ਯੂਟੀਲਿਟੀਜ਼ ਹਾਸਲ ਕਰਨੀਆਂ ਅਤੇ ਕਿਹੜੇ ਪਾਸਿਓਂ ਆਮਦਨ ਜ਼ਿਆਦਾ ਹੁੰਦੀ ਹੈ, ਪਿਆਰ ਮੁਹੱਬਤ ਨਾਲ ਅਸੀਂ, ਔਰ ਮੈਂ ਸਮਝਦਾ ਸਾਡੇ ਵਾਸਤੇ ਬਹੁਤ ਫੀਜ਼ੇਬਲ ਹੈ, ਪਾਕਿਸਤਾਨ ਵਾਸਤੇ ਵੀ ਔਰ ਇੰਡੀਆ ਦੇ ਜਿਹੜੇ ਸਾਡੇ ਸਿੱਖ ਭਰਾ ਨੇ ਉਹਨਾਂ ਵਾਸਤੇ ਵੀ, ਕਿ ਆਵਾਜਾਈ ਖੁੱਲ੍ਹੀ ਹੁੰਦੀ ਹੈ, ਅਸੀਂ ਇੱਕ ਦੂਜੇ ਨਾਲ ਪਿਆਰ ਨਾਲ ਮੁਹੱਬਤ ਨਾਲ ਮਿਲਦੇ ਹਾਂ, ਇੱਕ ਦੂਜੇ ਦੇ ਬਾਰੇ 'ਚ ਜਿਹੜੀਆਂ ਗਲਤ ਫਹਿਮੀਆਂ ਨੇ, ਮਿਸ ਪਰਸੈਪਸ਼ਨ ਅਤੇ ਮਿਸਕਨਸੈਪ ਬਣੇ ਨੇ, ਉਹ ਵੀ ਕੰਮ ਕੰਮ ਉਹਨਾਂ ਨੂੰ ਵੀ ਥੋੜ੍ਹਾ ਘਟਾਇਆ ਜਾ ਸਕਦਾ। ਤੋ ਬਾਕੀ ਦੇ ਵੇਲੇ ਦੇ ਨਾਲ ਨਾਲ ਜਿਉਂ ਜਿਉਂ ਕਮਲੀ ਪੀਸੀ ਤੂੰ ਤੂੰ ਭਾਰੀ ਹੋ, ਅਤੇ ਅਸੀਂ ਸਮਝਦੇ ਹਾਂ ਇਹ ਅੱਲਾ ਕਰੇਗਾ ਇਹ ਬਹੁਤ ਬਿਹਤਰ ਹੋਏਗਾ, ਇਹ ਲਾਂਘਾ ਜਿਹੜਾ ਇਹ ਪਾਕਿਸਤਾਨ ਇੰਡੀਆ ਦੇ ਸੰਬੰਧ ਵੀ ਉਹਨਾਂ ਨੂੰ ਵੀ ਬਿਹਤਰ ਕਰਨ 'ਚ ਬੜਾ ਬਾਂਹਬੇਲੀ ਸਾਬਤ ਹੋਏਗਾ। ਬਿਲਕੁਲ ਜੀ, ਇਹ ਲਾਂਘਾ ਜਿਹੜਾ ਪਾਕਿਸਤਾਨ ਅਤੇ ਇੰਡੀਆ ਦੇ ਸੰਬੰਧ ਵੀ ਬਿਹਤਰ ਕਰਨ 'ਚ ਬਾਂਹਬੇਲੀ ਸਾਬਤ ਹੋਏਗਾ, ਅਤੇ ਨਾਲ ਹੀ ਨਾਲ ਜਿਹੜਾ ਦੁਨੀਆ ਦੇ ਪੰਜਾਬੀ ਆ ਉਹਨਾਂ ਨੂੰ ਵੀ ਇੱਕ ਦੂਜੇ ਦੇ ਨੇੜੇ ਲਿਆਉਣ ਲਈ ਬਹੁਤ ਵੱਡਾ ਇਹਦਾ ਰੋਲ ਹੋਏਗਾ ਅਤੇ ਬੜਾ ਵੱਡਾ ਕਿਰਦਾਰ ਅਦਾ ਕਰੇਗਾ। ਅੱਛਾ ਬਾਜਵਾ ਸਾਹਿਬ, ਇਹ ਦੱਸੋ ਕਿ ਜਿਹੜਾ ਬਾਬਾ ਨਾਨਕ ਜੀ ਦਾ ਆਪਸੀ ਸਾਂਝ ਦਾ ਫਲਸਫਾ ਸੀ, ਬਾਬਾ ਜੀ ਤੋਂ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਅੱਗੇ ਜਿਹੜੇ ਮੁਸਲਮਾਨ ਸੂਫੀ ਸੀਗੇ ਉਹਨਾਂ ਨੇ ਉਹਨੂੰ ਕਿੱਦਾਂ ਅੱਗੇ ਫੈਲਾਇਆ, ਜਿੱਦਾਂ ਬਾਬਾ ਬੁੱਲੇ ਸ਼ਾਹ ਵਾ ਅਤੇ ਦੂਜੇ ਲੋਕ ਆ, ਕਿੱਦਾਂ ਉਹਨਾਂ ਨੇ ਉਸਨੂੰ ਅੱਗੇ ਵਧਾਇਆ, ਜ਼ਰਾ ਇੱਥੇ ਥੋੜ੍ਹੀ ਜਿਹੀ ਰੋਸ਼ਨੀ ਪਾਓ। ਹਾਂਜੀ, ਗੱਲ ਇਹ ਆ ਜੀ ਕਿ ਜਿਹੜੇ ਸਾਰੇ ਬਾਬੇ ਨੇ ਨਾ ਜੀ, ਐਕਚੁਅਲੀ ਅਸਲ ਵਿੱਚ ਇਹਨਾਂ ਦਾ ਇੱਕੋ ਸੁਨੇਹਾ, ਇੱਕੋ ਪੈਗਾਮ, ਆਪਣੇ ਆਪਣੇ ਵੇਲੇ 'ਚ ਆਪਣੀ ਆਪਣੀ ਬੋਲੀ, ਆਪਣੀ ਆਪਣਾ ਰੰਗ। ਅਗਰ ਤੁਸੀਂ ਬਾਬਾ ਫਰੀਦ ਨੂੰ ਪੜ੍ਹ ਲਓ, ਸੁਲਤਾਨ ਬਾਹੂ ਨੂੰ ਪੜ੍ਹ ਲਓ, ਬਾਬਾ ਨਾਨਕ ਨੂੰ ਪੜ੍ਹ ਲਓ, ਹਾਂਜੀ ਕਿਸੇ ਨੂੰ ਵੀ ਪੜ੍ਹ ਲਓ, ਬਾਬੇ ਹਾਸ਼ਮ ਨੂੰ ਪੜ੍ਹ ਲਓ, ਉਹਨਾਂ ਸਾਰਿਆਂ ਦਾ ਪੈਗਾਮ ਮੁਹੱਬਤ ਦਾ ਪੈਗਾਮ, ਹਾਂਜੀ, ਅਤੇ ਉਹਨਾਂ ਦਾ ਫਲਸਫਾ ਇਹੀ ਸੀ। ਹਰ ਜਗ੍ਹਾ 'ਤੇ ਤੁਸੀਂ ਵੇਖਦੇ ਹੋ ਮੁਸਲਮਾਨਾਂ ਦੇ ਦਰਬਾਰਾਂ 'ਤੇ ਵੀ ਲੰਗਰ, ਲੰਗਰ ਦਾ ਮਤਲਬ ਹੈ ਪਹਿਲਾਂ ਬੰਦੇ ਨੂੰ ਰੋਟੀ ਦਿਓ, ਔਰ ਰੋਟੀ ਦੇਣਾ, ਵੰਡ ਛਕੋ, ਵੰਡ ਛਕੋ, ਸਭ ਤੋਂ ਵੱਡਾ ਕੈਮੋਨਿਜ਼ਮ ਵੰਡ ਛਕੋ ਕਿ ਇੰਨੀ ਕਮਾਈ ਕਰਕੇ ਅਤੇ ਆਪੇ ਹੀ ਨਾ ਖਾ ਜਾਓ, ਆਪਣੇ ਢਿੱਡ 'ਚ ਨਾ ਪਾ ਜਾਓ, ਆਪਣੇ ਭੜੋਲੇ ਨਾ ਭਰ ਲਓ, ਕਿ ਸਾਰੇ ਆਪਸ 'ਚ ਤਕਸੀਮ ਕਰਕੇ ਵੰਡ ਕੇ ਖਾਓ। ਇਹ ਸਭ ਤੋਂ ਵੱਡਾ ਸੋਸ਼ਲਿਜ਼ਮ ਔਰ ਇਹ ਸਭ ਤੋਂ ਵੱਡਾ ਕੈਮੋਨਿਜ਼ਮ ਹੈ ਜੀ, ਜਿਹੜਾ ਅੱਜ ਕੱਲ੍ਹ ਜਦੀਦ ਕਾਰਲ ਮਾਰਕਸ ਦੀ ਜਾਂ ਲੈਨਨ ਦੀ ਥਿਊਰੀ ਲੋਕ ਬਿਆਨ ਕਰਦੇ ਨੇ, ਅੰਗਰੇਜ਼ੀ 'ਚ ਮਿੰਦ ਪੰਜਾਬੀ ਆਉਂਦੀ ਹੈ, ਉਹ ਅਸਲ 'ਚ ਗੱਲ ਇਹ ਹੈ ਕਿ ਇਹ ਸਭ ਤੋਂ ਵੱਡਾ ਸੋਸ਼ਲਿਜ਼ਮ। ਔਰ ਕੁਰਾਨ ਵੀ ਇਹੀ ਆਉਂਦਾ ਕਿ ਕਿਸੇ ਬੰਦੇ ਨੂੰ ਕੋਈ ਹੱਕ ਨਹੀਂ ਪਹੁੰਚਦਾ ਕਿ ਉਹ ਆਪਣੀ ਲੋੜ ਤੋਂ ਵੱਧ ਰੋਟੀ ਖਾਣ ਪੀਣ ਦੀ ਜਿਹੜੀ ਲੋੜ ਹੈ ਉਹਦੇ ਤੋਂ ਵੱਧ ਆਪਣੇ ਕੋਲ ਦੌਲਤ ਰੱਖੇ, ਜਿਹੜਾ ਕਰਦਾ ਉਹ ਗਲਤ ਹੈ, ਉਹ ਸਾਡਾ ਕੁਝ ਨਹੀਂ ਲੱਗਦਾ। ਤੋ ਬਾਬਾ ਨਾਨਕ ਵੀ ਇਹੀ ਆਉਂਦਾ ਕਿ ਵੰਡ ਛਕੋ, ਜੋ ਵੀ ਤੁਹਾਡੇ ਕੋਲ ਆਇਆ ਉਹਨੂੰ ਵੰਡ ਕੇ ਤਕਸੀਮ ਕਰਕੇ ਖਾ ਲਓ, ਕੱਲ੍ਹ ਦਾ ਫਿਰ ਅੱਲਾ ਵਾਰਸ ਹੈ,
ਤਾਂ ਇਹ ਹੀ ਆਫਾਕੀ ਨਜ਼ਰੀਆ ਸੂਫੀ ਦਾ, ਹਾਂਜੀ, ਕਿ ਸਭ ਤੋਂ ਪਹਿਲਾਂ ਕਿ ਲੋਕਾਂ ਦੇ ਮੂੰਹ 'ਚ ਰੋਟੀ ਪਾਉਣ ਦੀ ਗੱਲ ਕਰੋ, ਹਾਂਜੀ, ਅਤੇ ਕਿਸੇ ਨੂੰ ਕਿਸੇ ਦਾ ਮਜ਼ਹਬ, ਸਾਡੇ ਵੇਖੋ ਨਾ ਜੀ ਲੋਕ ਪੁੱਛਦੇ ਤੇਰਾ ਧਰਮ ਕੀ ਹੈ, ਮਜ਼ਹਬ ਕੀ ਹੈ, ਤਾਂ ਗੱਲ ਇਹ ਕਿ ਪਹਿਲਾਂ ਉਹਨੂੰ ਰੋਟੀ ਦਿਓ, ਉਹਨੂੰ ਪੁੱਛੋ ਤੂੰ ਰੋਟੀ ਖਾਧੀ ਹੈ, ਹਾਂਜੀ, ਹਰ ਸੂਫੀ ਆਸਥਾਨੇ 'ਤੇ, ਹਰ ਸੂਫੀਆਂ ਦੇ ਆਸਥਾਨੇ 'ਤੇ ਇਹ ਵੀ ਹੁੰਦਾ, ਔਰ ਸਾਰੇ ਸਿੱਖਾਂ ਦੇ ਗੁਰਦੁਆਰਿਆਂ 'ਚ ਵੀ ਇਹੋ ਹੀ ਕੰਮ ਹੁੰਦਾ, ਔਰ ਇਹ ਬਹੁਤ ਵੱਡਾ ਕੰਮ ਹੈ, ਹਾਂਜੀ, ਜਿੰਨਾ ਚਿਰ ਇਹ ਨਹੀਂ ਹੁੰਦਾ, ਹਾਂਜੀ, ਮੈਂ ਸਮਝਦਾ ਬਾਕੀ ਜਿਹੜੇ ਇਹ ਕੰਮ ਨਹੀਂ ਕਰਦੇ ਉਹ ਇਨਸਾਨਾਂ ਨੂੰ ਦਾਅ ਲਾਉਂਦੇ ਨੇ, ਅਤੇ ਰੱਬ ਨੂੰ ਤਾਂ ਕੋਈ ਦਾਅ ਨਹੀਂ ਨਾ ਲਾ ਸਕਦਾ, ਇਹ ਗੱਲ ਆਰ ਕਿਤਾਬਾਂ ਸਮਾਨੋਂ ਉਤਰੀਆਂ, ਪੰਜਵਾਂ ਉਤਰਿਆ ਟੁੱਕ, ਅਤੇ ਜੇ ਨਾ ਹੋਵੇ ਟੁੱਕ ਤਾਂ ਸਭੇ ਜਾਏ ਮੁੱਕ, ਹਾਂਜੀ, ਇਹਨੂੰ ਯਾਰ ਜਿਹਦੇ ਢਿੱਡ 'ਚ ਭੁੱਖ ਘੜਲ ਮਾਰਦੀ ਹੋਏ ਉਹਨੂੰ ਨਾ ਰੱਬ ਯਾਦ ਰਹਿੰਦਾ ਨਾ ਗੁਰੂ ਯਾਦ ਰਹਿੰਦਾ, ਇਸ ਵਾਸਤੇ ਉਹ ਲੋਕ ਵੱਡੇ ਲੋਕ ਨੇ ਕਿ ਜਿੰਨਾ ਪਹਿਲਾਂ ਬੰਦੇ ਦੀ ਭੁੱਖ ਮਕਾਨ ਦੀ ਗੱਲ ਕੀਤੀ, ਹਾਂਜੀ, ਰਾਤੀ ਸੁੱਤੋ ਖਾ ਕੇ ਫਜਰੇ ਫੇਰ ਖੜੀ, ਵਾਹ ਵਾਹ ਵਾਹ, ਹਾਂ, ਅਤੇ ਧਿਆਨ ਗਿਆਨ ਸਭ ਸੁਥਰਿਆ ਦੂੰ ਟਾਪਾਂ ਦੇ ਹੇਠ ਸੁਥਰੇ ਸ਼ਾਹ ਦੀ, ਤੁਹਾਡੇ ਬਾਣੀ ਉਹਦੇ ਵਿੱਚ ਵੀ ਹੈ ਨਾ ਗ੍ਰੰਥ ਸਾਹਿਬ ਜੀ, ਬਿਲਕੁਲ ਸਹੀ, ਵਾਹ ਜੀ, ਕਿੱਡੀ ਸੋਹਣੀ ਗੱਲ ਕੀਤੀ ਬਾਜਵਾ ਸਾਹਿਬ ਨੇ, ਕਿ ਜਿਹੜਾ ਕਿਸੇ ਨੂੰ ਖਵਾਉਂਦਾ ਨਹੀਂ, ਜਿਹੜਾ ਕਿਸੇ ਦਾ ਢਿੱਡ ਨਹੀਂ ਭਰਦਾ, ਉਹ ਬੰਦਿਆਂ ਨੂੰ ਵੀ ਦਾਲ ਲਾ ਰਿਹਾ ਅਤੇ ਰੱਬ ਨੂੰ ਵੀ ਦਾਲ ਲਾਉਣ ਦੀ ਕੋਸ਼ਿਸ਼ ਕਰ ਰਿਹਾ। ਅਸਲ ਫਲਸਫਾ ਬਾਬਾ ਗੁਰੂ ਨਾਨਕ ਦੇਵ ਜੀ ਦਾ ਵੀ ਇਹੀ ਸੀ, ਸਾਡੇ ਸੂਫੀਆਂ ਦਾ ਵੀ ਇਹੀ ਸੀ, ਅਤੇ ਗਾਂ ਸੋਸ਼ਲਿਸਟ ਅਤੇ ਕਮਿਊਨਿਸਟ ਜਿਹੜਾ ਫਲਸਫਾ ਵੀ ਆਇਆ ਉਹ ਇਸੇ ਗੱਲ ਦੇ ਉੱਤੇ ਹੀ ਆਇਆ ਕਿ ਲੋਕਾਂ ਦਾ ਢਿੱਡ ਭਰੋ, ਮਖਲੂਕ ਖੁਦਾ ਨੂੰ ਖਵਾਓ, ਲੁਕਾਈ ਨੂੰ ਖਿਲਾਓ, ਇਹੀ ਅਸਲ ਫਲਸਫਾ ਔਰ ਇਹੀ ਪੂਰੀ ਦੁਨੀਆ ਦੀ ਅਸਲ ਸੱਚਾਈ ਹੈ। ਇਹ ਬਹੁਤ ਜ਼ਿਆਦਾ ਹੈਲਪਫੁਲ ਸਾਬਿਤ ਹੋਏਗਾ, ਹੈਲਪਫੁਲ।